मुंडे देखो चांद चांद तक ठीक है कर दूं देखो कमा लिया कुछ से ठीक है। देखो मैं पट्टी कला पहुंचा ठीक है मैं पट्टी कला पहुंचा गुरुद्वारा साहब जिथे बहुत दूर दूर तो लोग जिन्हां नूं मुश्किल अपने बाहां दी लत्तां दी गोडियां दी कूहणियां दी सिर दी बैक पेन उन्हां सब दा इलाज करदे अज आपां गल करांगे। साडे कोल इक भैन जी बैठे ने इन्हां नूं पुछदे आं भी इन्हां दी की प्रॉब्लम सी। हाँ जी भैन जी सत श्री अकाल जी। भैन जी की नाम है तुहाडा? ਜਰਵਿੰਦਰ ਕੌਰ ਜੀ। ਭੈਣ ਜੀ ਕਿੱਥੋਂ ਆਏ ਤੁਸੀਂ? ਪਿੰਡ ਰੋੜਾਂ ਵਾਲੀ ਤੋਂ ਜੀ ਅਤੇ ਲੰਬੀ ਹਲਕੇ 'ਚੋਂ। ਲੰਬੀ ਹਲਕੇ 'ਚੋਂ ਤੁਹਾਨੂੰ ਦੱਸਿਆ ਕੀ ਨੇ? ਸਾਨੂੰ ਵੀ ਸਾਡੇ ਦੋ ਤਾਂ ਇੱਥੋਂ ਠੀਕ ਹੋਇਆ ਸੀ ਉਹਨਾਂ ਦੇ ਨਾਲੇ ਤਾਂ ਲੱਤ ਦੀ ਪ੍ਰੋਬਲਮ ਸੀ ਅਤੇ ਨਾਲੇ ਉਹਨਾਂ ਦੇ ਬੈਕ ਪੇਨ ਸੀ। ਡਾਕਟਰਾਂ ਨੇ ਕਿਹਾ ਸੀ ਵੀ ਓਪਰੇਸ਼ਨ ਤੋਂ ਬਿਨਾਂ ਕੋਈ ਹੱਲ ਨਹੀਂ ਹੋਣਾ। ਉਹ ਇੱਥੋਂ ਠੀਕ ਹੋਏ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਮੰਮੀ ਤੁਸੀਂ ਵੀ ਜਾਓ ਆਪਦੀ ਧੂਈ ਖਾ ਕੇ ਆਓ ਤੁਸੀਂ 20 ਸਾਲਾਂ ਤੋਂ ਤੰਗ ਹੋ ਰਹੇ। ਅੱਛਾ 20 ਸਾਲਾਂ ਨੂੰ ਤੁਸੀਂ ਤੰਗ ਸੀ? ਹਾਂਜੀ ਮੈਨੂੰ ਡਾਕਟਰਾਂ ਨੇ ਰੋਕਿਆ ਸੀ ਜੀ ਪੈਰੀਂ ਭਾਰ ਵੀ ਨਹੀਂ ਬੈਠ ਸਕਦੀ ਸੀ। ਅੱਛਾ ਹੁਣ ਮੈਂ ਵਧੀਆ ਕੰਮ ਵੀ ਕਰ ਲੈਂਦੀ ਹਾਂ ਵਧੀਆ ਤੁਰ ਪਿਆ। ਕਿੰਨੀ ਵਾਰੀ ਆਏ ਹੋ ਇੱਥੇ? ਅਸੀਂ ਅੱਜ ਚੌਥੀ ਵਾਰ ਆਏ ਹਾਂ। ਚੌਥੀ ਵਾਰੀ ਕਿੰਨਾ ਕੁ ਆਰਾਮ ਹੈ ਤੁਹਾਨੂੰ? ਪੂਰਾ ਹੀ ਆਰਾਮ ਹੈ ਜੀ। ਪੂਰਾ ਹੀ ਆਰਾਮ ਹੈ ਹਾਂਜੀ। ਅਤੇ ਜਿਹੜਾ ਡਾਕਟਰ ਨੇ ਤੁਹਾਨੂੰ ਮਨਾ ਕੀਤਾ ਸੀ ਆਹ ਕੰਮ ਨਹੀਂ ਕਰਨਾ ਉਹ ਹੁਣ ਤੁਸੀਂ ਆਰਾਮ ਨਾਲ ਬੈਠ ਜਾਓ ਪੈਰਾਂ ਪਰ? ਹਾਂਜੀ ਬੈਠ ਸਕਦੇ। ਅੱਛਾ ਭੈਣ ਜੀ ਇਹ ਦੱਸੋ ਵੀ ਇਹ ਜਿਹੜਾ ਇਲਾਜ ਕਰਦੇ ਨੇ ਤੁਹਾਡਾ ਹਾਂਜੀ ਉਹ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਆਰਾਮ ਆਉਂਦਾ ਜਿਹੜਾ ਮੌਕੇ 'ਤੇ ਆਰਾਮ ਮਿਲਦਾ ਜਾਂ ਤੁਹਾਨੂੰ ਬਾਅਦ ਦੇ ਵਿੱਚ ਆਰਾਮ ਮਿਲਦਾ? ਨਹੀਂ ਜੀ ਵੀ ਵੇਖੋ ਕੁਛ ਤਾਂ ਬਹੁਤ ਫਰਕ ਪੈ ਜਾਂਦਾ ਆਪਾਂ ਨੂੰ ਵੀ ਉਹਦੀ ਪਤਾ ਚੱਲ ਜਾਂਦਾ ਇੱਕ ਦੋ ਵਾਰਾਂ ਨਾਲ ਜਦੋਂ ਆਪਣੀ ਦੇਖਦੇ ਆ ਇਹ ਅੰਗ ਉਹਦੀ ਦੱਸ ਦਿੰਦੇ ਆ ਵੀ ਆਹ ਚੀਜ਼ ਤੁਹਾਡੇ ਨੁਕਸ ਹੈ ਬੈਕ ਪ੍ਰੋਬਲਮ ਜਾਂ ਵੀ ਤੁਹਾਡੇ ਕਹਿ ਦਿੰਦੇ ਆ ਡਾਕਟਰ ਤਾਂ ਕਹਿ ਦਿੰਦੇ ਆ ਨਾ ਤੁਹਾਡਾ ਮਣਕਾ ਬੈਠਿਆ ਜੇ ਚੀਜ਼ ਆ। ਮੇਰੇ ਡਾਕਟਰਾਂ ਨੇ ਵੀ ਕਿਹਾ ਸੀ ਵੀ ਚੌਥੇ ਮਣਕੇ ਦੇ ਵਿੱਚ ਪੰਜਵੇਂ ਮਣਕੇ ਦੇ ਵਿੱਚ